ਪੰਜਾਬ ਦੇ ਵਿੱਚ ਕੋਲਿਆਂ ਵਾਲੀ ਪਿੰਡ ਮਸ਼ਹੂਰ ਹੋਇਆ ਪਿਛਲੀ ਸਰਕਾਰ ਵੇਲੇ ਦਿਆਲ ਸਿੰਘ ਕੋਲਿਆਂ ਵਾਲੀ ਇੱਕ ਵੱਡਾ ਨਾਮ ਰਿਹਾ ਪੂਰੇ ਪੰਜਾਬ ਦਾ ਪਰ ਵੋਟਾਂ ਪੈ ਰਹੀਆਂ ਤਾਂ ਕੋਲਿਆਂ ਵਾਲੀ ਪਿੰਡ ਦੇ ਲੋਕ ਅਵੇਅਰ ਨੇ ਇਸ ਦੀ ਮਿਸਾਲ ਦਿਖਾ ਦਿੰਨੇ ਆ ਤੁਹਾਨੂੰ ਲੰਮੀ ਲਾਈਨ ਲੱਗੀ ਹੈ ਨਾ ਸਿਰਫ ਮਰਦਾਂ ਦੀ ਮਹਿਲਾਵਾਂ ਦੀ ਵੀ ਤੁਹਾਨੂੰ ਇੱਥੇ ਲੰਬੀ ਲਾਈਨ ਨਜ਼ਰ ਆਊਗੀ ਕੋਲਿਆਂ ਵਾਲੀ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਇਹ ਵੋਟਾਂ ਪੈ ਰਹੀਆਂ ਔਰ ਪਿੰਡ ਦੀਆਂ ਮਹਿਲਾਵਾਂ ਜਿਹੜੀਆਂ ਨੇ ਉਹ ਵੀ ਵੋਟ ਪਾਣ ਆਈਆਂ ਨਾਲ ਹੀ ਨਾਲ ਨੌਜਵਾਨ ਤੁਹਾਨੂੰ ਵੱਡੀ ਗਿਣਤੀ ਚ ਨਜ਼ਰ ਆਉਣਗੇ ਬਹੁਤ ਸਾਰੇ ਨੌਜਵਾਨ ਖੜੇ ਨੇ ਵੋਟ ਪਾਣ ਵਾਸਤੇ ਆਏ ਆ ਕੀ ਕੀ ਸੋਚ ਹੁੰਦੀ ਹੈ ਜਦੋਂ ਵੋਟ ਪਾਣ ਆਉਣੀਓ ਕਿਹੜੇ ਮੁੱਦਿਆਂ ਤੇ ਪਾਉਣੀਓ ਹਾਂਜੀ ਕੀ ਸੋਚ ਕੇ ਵੋਟ ਪਾਣੇ ਹੋ ਸੋਚ ਕੇ ਜੀ ਬਸ ਕੰਮ ਵਧੀਆ ਹੋਣੀ ਚਾਹੀਦਾ ਆਪਣੀ ਪਿੰਡ ਤੇ ਜੀ ਕੰਮ ਕਰ ਹੁੰਦੇ ਆ ਪਹਿਲਾਂ ਹਾਂ ਹਾਂਜੀ ਹੁੰਦੇ ਆ ਜੀ ਇਸ ਵਾਰ ਕੰਮ ਨੂੰ ਵੋਟ ਪਾਉਂਗੇ ਹਾਂਜੀ ਕੰਮ ਨੂੰ ਪਾਉਂਗੇ ਇਸ ਕੀ ਤਾਂ ਹੈ ਨਹੀਂ ਆਪਣੀ ਸਰਕਾਰ ਚ ਇਸਕ ਸਰਕਾਰ ਚ ਤਾਂ ਨਹੀਂ ਜੀ ਬਾਲੇ ਸਰਕਾਰ ਚ ਹੁੰਦੇ ਆ ਜੀ ਲੋਕ ਕਹਿੰਦੇ ਕਿ ਕੋਲਿਆਂ ਵਾਲੀ ਪਿੰਡ ਦੇ ਵਿੱਚ ਲੜਾਈ ਝਗੜਾ ਦਾਬਾ ਐਸੀਆਂ ਗੱਲਾਂ ਬਹੁਤ ਆਉਂਦੀਆਂ ਹੈ ਕਿ ਅਕਾਲੀਆਂ ਦੇ ਵੱਲੋਂ ਐਸਾ ਕੁਝ ਪਹਿਲਾਂ ਕੀਤਾ ਜਾਂਦਾ ਰਿਹਾ ਨਹੀਂ ਜੀ ਇਹ ਕੋਈ ਗੱਲ ਨਹੀਂ ਹੁੰਦੀ ਸ਼ਾਂਤੀ ਹੈ ਇੱਥੇ ਸ਼ਾਂਤੀ ਹੈ ਜੀ ਵਿਕਾਸ ਦੇ ਨਾਂ ਦੀ ਵੋਟ ਹੈ ਤੁਹਾਡੀ ਹਾਂ ਜੀ ਵਿਕਾਸ ਦੇ ਨਾਂ ਸੋ ਇਹ ਇਹ ਨੌਜਵਾਨ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਨਾਲ ਹੀ ਬਹੁਤ ਸਾਰੀਆਂ ਮਹਿਲਾਵਾਂ ਤੁਹਾਨੂੰ ਨਜ਼ਰ ਆ ਰਹੀਆਂ ਕੈਮਰਾਮੈਨ ਨੂੰ ਕਹੂੰਗਾ ਕਿ ਜੇਕਰ ਪੈਨ ਕਰਕੇ ਤੁਹਾਨੂੰ ਦਿਖਾ ਸਕਣ ਕਿ ਇਹ ਮਹਿਲਾਵਾਂ ਵੋਟ ਪਾਉਣੀ ਹੈ ਬਠਿੰਡਾ ਕੰਸਟਿਟੂਐਂਸੀ ਦੇ ਵਿੱਚ ਪੈਂਦਾ ਇਹ ਪਿੰਡ ਹੈ ਲੰਬੀ ਹਲਕੇ ਦਾ ਇਹ ਪਿੰਡ ਬਹੁਤ ਮਸ਼ਹੂਰ ਹੋਇਆ ਪਿੰਡ ਲੋਕ ਇਸ ਪਿੰਡ ਨੂੰ ਜਾਣਦੇ ਨੇ ਤਾਂ ਲਾਜ਼ਮੀ ਸੀ ਕਿ ਇਸ ਪਿੰਡ ਦੇ ਵਿੱਚ ਆਇਆ ਜਾਵੇ ਮਾਤਾ ਜੀ ਕੀ ਸੋਚ ਕੇ ਵੋਟ ਪਾਉਣੇ ਹੋ ਸੋਚ ਕੇ ਵੋਟ ਕੋਈ ਵੀ ਵੋਟ ਜਿੱਥੇ ਕਰਦੇ ਕਹਿ ਦਿੰਦੇ ਉੱਥੇ ਪਾ ਦਿੰਦੇ ਜਿੱਥੇ ਕਰਦੇ ਪਾਉਂਦੇ ਨੇ ਉੱਥੇ ਅਸੀਂ ਪਾ ਦਿੰਦੇ ਆ ਪਰਿਵਾਰ ਸਾਰਾ ਇਕੱਠਾ ਪਾ ਦਿੰਦਾ ਕਿ ਆਪ ਵੀ ਸੋਚਦੇ ਹੋ ਵੀ ਨਹੀਂ ਮੈਂ ਵੱਖਰੀ ਪਾਉਣੀ ਆ ਇਕੱਠਾ ਹੀ ਪਾਉਣਾ ਇਕੱਠਾ ਹੀ ਪਾਉਣਾ ਜੀ ਕਦੇ ਇਹ ਨਹੀਂ ਕਿਹਾ ਵੀ ਨਹੀਂ ਤੁਸੀਂ ਜਿੱਥੇ ਮਰਜ਼ੀ ਪਾਓ ਮੈਂ ਆਪਦੀ ਮਰਜ਼ੀ ਨਾਲ ਪਾਉਣਾ ਜੀ ਸਾਰੇ ਪਾਉਣ ਰੋਟੀ ਪਾਉਣਾ ਸਾਨੂੰ ਕੋਈ ਨਾ ਕੋਈ ਸਾਡੇ ਪੇਟਾਂ 'ਚ ਲੱਗੇ ਜਿਦਾ ਕੋਈ ਪੈਨਸ਼ਨ ਨਹੀਂ ਲੱਗੀ ਤੁਹਾਡੀ ਨਾ ਸਾਨੂੰ ਤਾਂ ਵੀ ਪਾਈ ਜਾਂਦੇ ਆ ਸਾਗੜੀਆਂ ਤੇ ਕੱਟ ਦਿੰਦੇ ਹਾਂਜੀ ਲੱਗਦੀਆਂ ਤੇ ਕੱਟ ਦਿੰਦੇ ਹੁਣ ਕਟੀਆਂ ਕਿਆਂ ਤੁਹਾਡੀਆਂ ਨਹੀਂ ਫੇਰ ਲਵਾਈਆਂ ਸਾਰੇ ਮੋੜ ਕੇ ਗੱਲ ਹੀ ਕੋਈ ਨਹੀਂ ਸੁਣਦਾ ਉਹ ਨਹੀਂ ਸੁਣਦਾ ਜਦੋਂ ਵੋਟਾਂ ਆਉਂਦੀਆਂ ਨੇ ਅੱਗੋਂ ਪਿੱਛੋਂ ਕੋਈ ਨਹੀਂ ਸੁਣਦਾ ਮੇਰੇ ਖਾਤੇ ਤੇ ਉਹਨਾਂ ਜੀ ਨਹੀਂ ਦੇਹਦੇ ਵੋਟਾਂ ਵੇਲੇ ਆਉਂਦੇ ਆ ਵੋਟਾਂ ਵੇਲੇ ਵਾਦੂ ਵੋਟਾਂ ਵੇਲੇ ਤਾਂ ਫਿਰ ਤਾਂ ਬਥੇਰਾ ਕੋਸ਼ ਆਂਦੇ ਨੇ ਤੇ ਉਹਨਾਂ ਚ ਫਿਰ ਮਗਰੋਂ ਗੱਲ ਨਹੀਂ ਕੋਈ ਸੁਣਦਾ ਮਗਰੋਂ ਕੋਈ ਨਹੀਂ ਸੁਣਦਾ ਛੋਟੀ ਛੋਟੀ ਐ ਦੇਖ ਲਓ ਤੁਸੀਂ ਬੱਚਿਆਂ ਦੇ ਵਿੱਚ ਵੀ ਛਾਏ ਨਾਲੇ ਵੋਟ ਪਾਣ ਆਏ ਨੇ ਤੁਸੀਂ ਕੀ ਸੋਚ ਕੇ ਵੋਟ ਪਾਣ ਆਏ ਹੋ ਅੱਜ ਕੀ ਜ਼ੈਨ ਚ ਕੀ ਹੁੰਦਾ ਵੀ ਕਿਸ ਗੱਲ ਦੇ ਉੱਤੇ ਵੋਟ ਪਾਉਣੀ ਐ ਜੀ ਅਸੀਂ ਤਾਂ ਸਰਕਾਰ ਬਾਰੇ ਪਾਉਣੀ ਐ ਵੀ ਸਰਕਾਰ ਦਾ ਕੁਝ ਤਾਂ ਵਧੀਆ ਵੇਂਗੂ ਏ ਵੀ ਸਰਕਾਰ ਮੋਦੀ ਦੀਆ ਸੋ ਇਹ ਦੇਖ ਸਕਦੇ ਹਾਂ ਤੁਸੀਂ ਉਚਾ ਕੋਲਿਆਂ ਵਾਲੀ ਪਿੰਡ ਤੋਂ ਅਸੀਂ ਰਿਪੋਰਟ ਕਰ ਰਹੇ ਹਾਂ ਵੱਡੀ ਗਿਣਤੀ 'ਚ ਜਿੱਥੇ ਮਰਦ ਵੋਟ ਪਾਣ ਆਏ ਨੇ ਮਹਿਲਾਵਾਂ ਦੀ ਗਰਮੀ ਹਾਲਾਕੀ ਥੋੜੀ ਵੱਧ ਰਹੀ ਹੈ ਦੁਪਹਿਰ ਦਾ ਸਮਾਂ ਹੋ ਗਿਆ ਪਰ ਉਚਾ ਇਹਨਾਂ ਦੇ ਵਿੱਚ ਹੈ ਮਹਿਲਾਵਾਂ ਵੱਡੀ ਗਿਣਤੀ 'ਚ ਵੋਟ ਪਾਣ ਆਈਆਂ ਪਰਲੇ ਪਾਸੇ ਇੱਕ ਹੋਰ ਬੂਥ ਹੈ ਕੈਮਰਾ ਪਰਸਨ ਨੂੰ ਕਹੂੰਗਾ ਜੇਕਰ ਉੱਧਰ ਵੀ ਤੁਹਾਨੂੰ ਪੈਨ ਕਰਕੇ ਦਿਖਾ ਦੇਣ ਕਿਉਂਕਿ ਪਿੰਡ ਦੇ ਵਿੱਚ ਪਿੰਡ ਦੀ ਵੋਟ ਜਿਆਦਾ ਨਹੀਂ ਹੁੰਦੀ ਪਰ ਸ਼ਹਿਰ ਨਾਲੋਂ ਵੱਧ ਲੋਕ ਤੁਹਾਨੂੰ ਪਿੰਡਾਂ 'ਚ ਵੋਟ ਪਾਉਣ ਆਉਂਦੇ ਨਜ਼ਰ ਆਉਂਦੇ ਇਸੇ ਤਰ੍ਹਾਂ ਪਰਲੇ ਪਾਸੇ ਵੀ ਲੋਕ ਜਿਹੜੇ ਨੇ ਉਹ ਵੋਟ ਪਾਉਣ ਆਏ ਨੇ ਔਰ ਵੱਡੀ ਲਾਈਨ ਜਿਹੜੀ ਹੈ ਲੋਕਾਂ ਦੀ ਵੋਟ ਪਾਣ ਵਾਸਤੇ ਲੱਗੀ ਹੋਈ ਹੈ ਮਹਿਲਾਵਾਂ ਨੇ ਹੋਰ ਪਿੰਡ ਦੇ ਲੋਕ ਜਿਹੜੇ ਨੇ ਉਹ ਇੱਥੇ ਬੈਠੇ ਔਰ ਸ਼ਾਂਤੀ ਜਿਹੜੀ ਪਿੰਡ ਦੇ ਵਿੱਚ ਨਜ਼ਰ ਆ ਰਹੀ ਹੈ ਪਿੰਡ ਦਾ ਮਾਹੌਲ ਜਿਹੜਾ ਉਹ ਸੁਖਾਵਾਂ ਨਜ਼ਰ ਆ ਰਿਹਾ ਹੈ ਔਰ ਬੂਥ ਜਿਹੜਾ ਅਸੀਂ ਤੁਹਾਨੂੰ ਦੋਨੋਂ ਬੂਥ ਦਿਖਾਏ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਪਿੰਡ ਕੋਲਿਆ ਵਾਲੀ ਲੰਬੀ ਤੇ ਉਤੇ ਯਾ ਵੀਰਦਾ ਤੇਰਾ ਨਾਮ ਟਿਆਰੇ ਨਹੀਂ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563